ਸਵਾਦ ਔਰ ਮਨ ਚੋਣੇ ਲਈ ਜਿੱਤ ਕੀ ਸਕਣੇ ਅਤੇ ਫਰੈਸ਼ ਦੁੱਧ ਅੱਛਾ ਇਹ ਚੋਈ ਰਿਹਾ ਹੁਣ ਮੰਜੀ ਦਾ ਦੁੱਧ ਲਾਉਣਾ ਵੀ ਸਵਾਦ ਜੀ ਕੀ ਹਾਲ ਹੈ ਹੋਰ ਸੁਣਾਓ ਠੀਕ ਹੋ ਸਹੀ ਠੀਕ ਹੈ ਤੁਸੀਂ ਸਾਡੇ ਐਮ ਐਲ ਏ ਹੋ ਅਤੇ ਇੱਕ ਨਿੱਕੀ ਜੀ ਯਾਦ ਹੈ ਤੁਸਾਂ ਜੀ ਇਹ ਤਾਂ ਕੀ ਸਕਣੇ ਹੋ ਜੀ ਠੀਕ ਠਾਕ ਹੋਸੋ ਖੁਸ਼ ਪਾਸ਼ ਹੋਸੋ ਜਿੱਥੇ ਵੀ ਹੋਸੋ ਆਪਣੀ ਜ਼ਿੰਦਗੀ ਐਸੇ ਤਰੀਕੇ ਨਾਲ ਗੁਜ਼ਾਰਨੇ ਹੋਸੋ ਲਾਖੋ ਕਰੋੜੋ ਦਰੂਦੋ ਸਲਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪਰ ਔਰ ਰਾਣੀ ਆਲ ਪਰ ਸਭ ਤੋਂ ਪਹਿਲੇ ਸਾਰਿਆਂ ਭੈਣਾਂ ਭਰਾਵਾਂ ਬਹੁਤ ਬਹੁਤ ਸ਼ੁਕਰੀਆ ਸੋ ਕੀਮਤੀ ਟਾਈਮ ਕੱਢੀ ਸਾਡੀ ਵੀਡੀਓ ਤੱਕਨੇ ਹੋ ਮੈਂ ਆਪਣਾ ਵਲਾਗ ਸ਼ੁਰੂ ਕਰੀ ਦਿੰਦਾ ਅੱਲਾਹ ਨੇ ਨਾਂ ਪਰ ਔਰ ਨਬੀ ਪਾਕ ਔਰ ਨਾਂ ਪਰ ਅੱਲਾਹ ਪਾਕ ਸਾਰੇ ਕੀ ਸਿਹਤ ਦੇਣ ਔਰ ਤੰਦਰੁਸਤੀ ਦੀ ਜ਼ਿੰਦਗੀ ਦੇਣ ਅੱਜ ਜੁਲਸਾ ਖਾਦਮਾਬਾਦ ਆਈ ਸਕੂਲ ਹੈ ਲਾਲ ਡੇਰਾ ਆ ਜਿਹੜਾ ਮੰਜੀਆਂ ਨਾ ਔਰ ਸਭ ਤੋਂ ਫੇਮਸ ਡੇਰਾ ਆ ਜਿਹੜਾ ਕਾਫੀ ਮੰਜੀਆਂ ਹੁਣ ਉੱਥੇ ਜੁਲਸਾਂ ਭੈਣਾਂ ਭਰਾ ਕੀ ਵਿਊ ਕਰਾਸਾਂ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਅਸ਼ਨੇਲੇ ਵਲਾਗ ਤੁਸੀਂ ਮਿਸ ਨਾ ਕਰੀ ਸਕੋ ਹੁਣ ਚੁੱਲੇ ਆ ਡੇਰੇ ਦਾ ਸਾਰਾ ਵਿਊ ਕਰਾਉਣੇ ਤਾਂ ਲੈਟਸ ਗੋ 20 ਮਿੰਟਸ ਲੇਟਰ ਇਸ ਤਾਦ ਔਰ ਮਨ ਚੋਣੇ ਲਈ ਜਿੱਤ ਕੀ ਸਕਣੇ ਅਤੇ ਫਰੈਸ਼ ਦੁੱਧ ਅਤੇ ਮੰਜੀ ਉਸਤਾਦ ਦਾ ਡੇਰਾ ਖਾਦਮਾਬਾਦ ਹਾਈ ਸਕੂਲ ਨੇ ਬਾਹਰ ਜਿਹੜਾ ਨਾ ਸਕਣੇ ਇਹ ਜਣੇ ਲੱਗੇ ਕਿ ਆਦਾ ਠੀਕ ਹੋ ਮੰਜੀ ਸ਼ਾਇਦ ਚੋਈ ਰਿਹਾ ਜ਼ਬਰਦਸਤ ਚੜਾ ਅੱਛਾ ਇਹ ਚੋਈ ਰਿਹਾ ਹੁਣ ਠੀਕ ਇਹ ਤਾਂ ਕੀ ਸਕਣੇ ਹੋ ਇਹ ਜਣੇ ਲੱਗੇ ਵੇ ਜੀ ਇਹ ਉਸਤਾਦ ਲੱਗੇ ਵੇ ਮੰਜੀ ਦਾ ਦੁੱਧ ਲਾਉਣਾ ਵੇ ਉਸਤਾਦ ਜੀ ਕੀ ਹਾਲ ਹੈ ਹੋਰ ਸੁਣਾਓ ਠੀਕ ਹੋ ਸਹੀ ਠੀਕ ਹੈ ਇਹ ਤਾਂ ਕੀ ਸਕਣੇ ਇਹਨਾਂ ਮੰਜਾਂ ਨਵਾਲੀਆਂ ਵਿੱਚ ਜੀ ਫਰੈਸ਼ ਕੀਤਾ ਵਾ ਅਤੇ ਤਾਜ਼ਾ ਦੁੱਧ ਅਤੇ ਫਰੈਸ਼ ਚੜਾ ਨਾ ਖਾਦਮਾਬਾਦ ਸਕੂਲਾਂ ਕੋਲ ਇਹਨਾਂ ਡੇਰਾ ਆ ਉਸਤਾਦ ਹੋਰ ਲੱਗੇ ਤਾਂ ਕੀ ਸਕਣੇ ਵੈਸੇ ਕਿੰਨਾ ਕੁ ਦੇਈ ਹੋਣੀ ਇੱਕ ਮੰਜ ਦੁੱਧ ਇੱਕ ਮੰਜ ਕਿੰਨਾ ਕੁ ਦੁੱਧ ਦੇਈ 10 ਕਿਲੋ ਤਾਜ਼ੀਆਂ ਵੀ ਸੂਈਆਂ ਵਾ ਜੀ ਤਾਜ਼ੀਆਂ ਸਹੀਆਂ ਨੇ ਕੋਈ ਪਹਾੜੇ ਤੇ ਮਿਲਦੀ ਆ ਅੱਛਾ ਕੋਈ ਪਹਾੜੇ ਤੇ ਕੋਈ ਤਾਜ਼ੀਆਂ ਜੀ ਆ ਠੀਕ ਸਹੀ ਇਹ ਤਾਂ ਕੀ ਸਕਣੇ ਹੋ ਜੀ ਹਾਂ ਹਾਂ ਮੈਂ ਕਿ ਲਾਸਟ ਇਹ ਤਾਂ ਕੀ ਸਕਦੇ ਹੋ ਜੀ ਖਾਦਮਾਬਾਦ ਹਾਈ ਸਕੂਲਾਂ ਨੇ ਬਾਹਰ ਡੇਰਾ ਇਹਨਾਂ ਨੂੰ ਅਤੇ ਉਹ ਕਹਿ ਤਾਜ਼ੀਆਂ ਸੂਈਆਂ ਵਾ ਮੰਜਾਂ
ਐ ਇਹਨਾਂ ਨੇ ਕੱਟੇ ਕੱਟੀਆਂ ਵੀ ਚੈੱਕ ਕਰੀ ਸਕਦੇ। ਇਹ ਤਾਜ਼ੇ ਜਿਹੜਾ ਨਾ ਮਾਈਆਂ ਸੂਈਆਂ ਵਾ, ਇਹ ਵੀ ਤੱਕੀ ਸਕਦੇ ਹੋ। ਨਾਲ ਹੀ ਇਹ ਬੈੜਾ ਜੀ ਤੱਕੀ ਸਕਦੇ ਹੋ। ਲਾਲਾ ਚੁਣ ਜਾਣੇ ਅਤੇ ਜਿਹੜੀ ਚੋਣ ਹੋਣੀ ਹੈ ਉਹ ਫਿਰ ਬਾਹਰ ਬਣੀ ਹੁੰਦੀ ਜੀ। ਇਸ ਤਾਲ ਇਹਨਾਂ ਭਾਈ ਇਹਨਾਂ ਡੇਰਾ ਆ। ਅਸਲਾਮ ਵਾਲੇਕੁਮ, ਹੋਰ ਠੀਕ ਹੋ ਸੀ? ਠੀਕ ਹੈ। ਇਹ ਤਾਂ ਕਿਸੇ ਨੇ ਮੰਚ ਆਉਣੇ ਜੀ, ਫਰੈਸ਼ ਦੁੱਧ ਹੈ ਅਤੇ ਜਿਹੜੇ ਇੰਗਲੈਂਡ ਦੇ ਭੈਣਾਂ ਭਰਾ ਤੱਕ ਨਹੀਂ ਹੋ ਅਤੇ ਇਹਨਾਂ ਨੂੰ ਤਾਜ਼ਾ ਦੁੱਧ ਹੈ, ਫਰੈਸ਼ ਤੋਈ ਚੋਈਦਾ, ਕੁਝ ਜਿੱਥੇ ਦੇਈ ਹੁੰਦੇ ਕੁਝ ਜਿਹੜਾ ਨਾ ਆਪਣਾ ਭਰਾਇਆ। ਕਿਸੇ ਨੇ ਦੱਸੀਆਂ ਬਾਹਰ ਇਹ ਵੀ ਵਧੀਆ ਜੀ ਮੰਜਾਂ ਅਤੇ ਇਹ ਬੈਠੀ ਮੰਜ ਜੀ। ਬਹੁਤ ਬੜਾ ਡੇਰਾ ਜੀ, ਇਹ ਪੀੜੀ ਵੀ ਹੈ ਜੀ। ਕੀ ਹੋਇਆ ਨੀ ਪੀੜੀ ਵੀ ਇਹਨਾਂ ਵੀ ਛੁੜਾਇਆ ਨੀ ਪੀੜੀ ਵੀ ਹੈ। ਸਾਹ ਜੀ ਹੋਰ ਸੁਣਾਓ, ਕੀ ਹਾਲ ਹੈ? ਠੀਕ ਹੋ? ਅੱਜ ਗਰਮੀ ਜ਼ਿਆਦਾ ਨਹੀਂ ਲੱਗੀ? ਭੋਂ ਗਰਮੀ ਹੈ, ਇਕੱਲਾ ਨਹੀਂ, ਅੱਜ ਦੋ ਤਰੇ ਦਿਹਾੜੇ ਗਏ ਮੁਸਲਸਲ ਜਿਹੜਾ ਨਾ ਗਰਮੀ ਪੈਣੀ ਪਈ ਹੈ। ਅਤੇ ਦੁੱਧ ਇੱਥੇ ਵੇਚੀ ਉਹਨੇ ਹੋਟਲਾਂ ਪਰ, ਹੋਟਲਾਂ ਪਰ ਹੀ ਡੇਰੇ ਪਰ ਵੇਚਣੇ ਉਸ ਬੰਦੇ ਅਲੱਗ ਅਲੱਗ। ਠੀਕ ਸਹੀ ਹੈ। ਤਾਂ ਕੀ ਸਕਦੇ ਜੀ, ਖਾਦਾਬਾਦ ਹੀ ਸਭ ਤੋਂ ਬੜਾ ਡੇਰਾ ਇਹਨਾਂ ਨੇ ਜੀ ਮੰਨੀਆਂ ਨਾ, ਅਤੇ ਫਰੈਸ਼ ਦੁੱਧ ਅਤੇ ਤਾਜ਼ਾ ਦੁੱਧ ਕੁਝ ਹੋਟਲਾਂ ਵੀ ਦੇਈ ਉਹਨੇ ਅਤੇ ਕੁਝ ਜਿਹੜਾ ਨਾ ਇੱਥੋਂ ਡੇਰੇ ਬੁਰੀ ਲੋਕ ਨਹੀਂ ਜਾਣੇ।
ਹੈ ਜੀ, ਪਹਿਲੀ ਝੋਟਣ ਹੈ। ਅੱਛਾ ਠੀਕ ਹੈ, ਦੁੱਧ ਚੰਗਾ ਦੇਣੀ ਹੈ। ਠੀਕ ਹੈ ਜੀ, ਠੀਕ ਹੈ। ਤੇ ਵੰਡਾ ਵੀ ਇਨਸ਼ਾਅੱਲਾ 22 ਨੰਬਰ ਕਾਲ ਹੈ। ਅੱਛਾ ਠੀਕ ਹੈ ਜੀ। ਹੋਰ ਕਿਹੜੀ ਤਾਜ਼ੀਆਂ ਕਿਹੜੀ ਸੂਈਆਂ ਵਾ ਜੀ? ਇੱਕ ਆ ਤਾਜ਼ੀ ਸੂਈ ਵੀ। ਅੱਛਾ, ਇੱਕ ਰੱਕੀ ਤਾਜ਼ੀ ਸੂਈ ਵੀ। ਅੱਛਾ ਠੀਕ ਹੈ, ਇਸ ਦੇ ਨਾਲ ਜਿਹੜੀ ਉਹ ਵੀ ਤਾਜ਼ੀ ਸੂਈ ਵੀ। ਅੱਛਾ, ਪਰਲੀ ਵੀ ਤਾਜ਼ੀ ਸੂਈ ਵੀ। ਠੀਕ, ਬੈੜਾ ਵੀ ਰੱਖਿਆ ਉਹਨੇ ਜੀ? ਸੰਡਾ ਵੀ ਰੱਖਿਆ। ਅੱਛਾ, ਸੰਡਾ ਵੀ ਰੱਖਣਾ। ਠੀਕ ਠੀਕ, ਕੋਈ ਇਹ ਅਮਾਜ ਪਹਾੜੇ 'ਤੇ ਮਿਲਣੀ ਹੈ ਜੀ। ਅੱਛਾ ਠੀਕ ਹੈ, ਆਹ ਵੀ ਹੁਣ ਪਹਾੜੇ 'ਤੇ ਚੋਣ। ਅੱਛਾ ਠੀਕ ਹੈ, ਠੀਕ ਠੀਕ। ਤਾਜ਼ੀਆਂ ਜਿਹੜੀਆਂ ਸਾਰੀਆਂ ਅੰਦਰ ਹੀ ਆ ਜੀ? ਤਾਜ਼ੀਆਂ ਉੱਧਰ ਹੀ। ਅੱਛਾ, ਅੰਦਰ ਹੀ ਵਾਲਾ। ਠੀਕ ਠੀਕ, ਸਹੀ ਹੈ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ। ਅਜ਼ਰ ਸਾਦਿਕ ਸਾਹਿਬ, ਸਲਾਮ ਅਲੈਕਮ। ਤੁਸਾਂ ਸਾਡੇ MLA ਹੋ ਤੇ ਇੱਕ ਨਿੱਕੀ ਜੀ ਯਾਦ ਹੈ ਤੁਸਾਂ ਜੀ, ਮਿਹਰਬਾਨੀ ਕਰੀ ਤੇ ਇਹ ਕੋਈ ਮਸਲਾ ਹੱਲ ਕਰੇ। ਜੇ ਬੱਟਰੀ ਵਾਲਾ ਹਸਪਤਾਲ ਹੈ ਜੀ, ਇੱਕੋ ਨਹੀਂ ਚੱਲਾ ਪਿਆ। ਸਹੀ ਹੈ, ਹੈਂਜੀ। ਇੱਥੇ ਜਾਓ ਤਾਂ ਮੁੜੀ ਤਾਂ ਜਾਓ ਜੀ ਡਿਡਿਆਲ, ਤੁਸਾਂ ਇਹ ਕਰੋ ਉਹ ਕਰੋ। ਸਹੀ ਹੈ, ਤੇ ਫਿਰ ਡਿਡਿਆਲ ਭੇਜੀ ਉਹਨੇ। ਸਹੀ ਹੈ, ਤੇ ਮਿਹਰਬਾਨੀ ਤੁਸਾਂ, ਇਤਨੀ ਮਿਹਰਬਾਨੀ ਹੈ ਜੀ ਕਿ ਬਹੁਤ ਬੜਾ ਆਸਾਨ ਹੈ ਇਹ ਇਲਾਕੇ ਪਰ। ਸਹੀ ਹੈ, ਇਹ ਸਦਾ ਵਕਤ ਨਹੀਂ ਰਹਿਣਾ ਇਨਸਾਨ ਨਹੀਂ ਰਹਿਣਾ। ਸਹੀ ਗੱਲ ਹੈ, ਤੇ ਬਾਕੀ ਕਿਆ ਬਾਉ। ਸਹੀ ਹੈ, ਕੀ ਹੈ ਗੱਲ ਸੀ ਇਹ, ਮੈਂ ਬਾਣਾ ਚਾਣਾ। ਸਹੀ ਹੈ, ਤੇ ਮਿਹਰਬਾਨੀ। ਠੀਕ 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 ਹੈ ਜੀ, ਕੋਲੇ ਬਸਲਾਮ। ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਨੇ ਜੀ। ਉਮੀਦ ਕਰਨੇ ਆ ਇਹਨਾਂ ਵਲੌਗ ਪਣਾ ਪਰਾਂਗੀ ਪਸੰਦ ਆਈ ਸੀ। ਇਨਸ਼ਾਅੱਲਾ ਇੱਕ ਨਵਾਂ ਵਲੌਗ ਕਿਣੀ ਨਈ ਜਗ੍ਹਾ ਨੇ ਹਾਜ਼ਰ ਹੋਸਾਂ। ਆਪਣੇ ਭਰੋਗੀ ਦਿਓ ਇਜਾਜ਼ਤ। ਓਕੇ, ਖੁਦਾ ਹਾਫਿਜ਼।